ਜੰਗਲਾਂ 'ਚ ਭੱਜ ਕੇ ਪਿੰਡ ਦੇ ਵਿੱਚ ਵੜਿਆ ਇਹ ਆਦਮਖੋਰ ਸ਼ੇਰ। ਲੋਕਾਂ ਨੇ ਘਰਾਂ ਦੇ ਕੁੰਡੇ ਲਗਾ ਲਏ ਨੇ, ਰੈਸਕਿਊ ਵਾਲੇ ਵੀ ਆਪਣੀ ਗੱਡੀ ਦੀ ਛੱਤ 'ਤੇ ਚੜ ਗਏ ਨੇ ਡਰ ਕੇ। ਤਾਂ ਵੱਡੀ ਖਬਰ ਹੈ, ਜੰਗਲਾਂ ਦੇ ਵਿੱਚੋਂ ਭੱਜ ਕੇ ਪਿੰਡ ਦੇ ਵਿੱਚ ਸ਼ੇਰ ਵੜ ਗਿਆ। ਇੱਕ ਕਿਸਾਨ ਦੇ ਘਰ ਅੰਦਰ ਦਾਖਲ ਹੁੰਦਾ ਹੈ, ਕਿਸਾਨ ਦੇ ਵੱਲੋਂ ਸ਼ੋਰ ਮਚਾਇਆ ਗਿਆ ਆਪਣੀ ਜਾਨ ਬਚਾਉਣ ਦੇ ਲਈ। ਤਾਂ ਲੋਕ ਇਕੱਠੇ ਹੁੰਦੇ ਨੇ, ਜ਼ਿਆਦਾ ਲੋਕਾਂ ਨੂੰ ਦੇਖ ਕੇ ਸ਼ੇਰ ਉੱਥੋਂ ਭੱਜ ਨਿਕਲਦਾ ਹੈ ਅਤੇ ਭੱਜਦਿਆਂ ਦੀ ਤਸਵੀਰ ਇੱਕ ਵੀਡੀਓ ਦੇ ਵਿੱਚ ਕੈਦ ਹੋ ਜਾਂਦੀ ਹੈ। ਦੇਖੋ ਕਿਵੇਂ ਇਹ ਸ਼ੇਰ ਇੱਕ ਜੰਗਲ ਦੇ ਵਿੱਚੋਂ ਭੱਜ ਕੇ ਪਿੰਡ 'ਚ ਵੜਿਆ, ਇੱਕ ਕਿਸਾਨ ਦੇ ਘਰ ਦੇ ਵਿੱਚ ਵੜ ਗਿਆ। ਉੱਥੇ ਨੁਕਸਾਨ ਪਹੁੰਚਾਉਣ ਹੀ ਲੱਗਾ ਸੀ ਕਿ ਕਿਸਾਨ ਦਾ ਬਚਾਅ ਹੋ ਗਿਆ। ਲੋਕ ਇਕੱਠੇ ਹੋ ਗਏ, ਲੋਕਾਂ ਨੂੰ ਦੇਖ ਕੇ ਸ਼ੇਰ ਭੱਜ ਨਿਕਲਿਆ। ਤਾਂ ਦੱਸ ਦਈਏ ਕਿ ਤਸਵੀਰਾਂ ਮਹਾਰਾਸ਼ਟਰ ਦੇ ਬਾਂਧਵਗੜ੍ਹ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਬਾਂਧਵਗੜ੍ਹ ਟਾਈਗਰ ਰਿਜ਼ਰਵ ਦੇ ਵਿੱਚੋਂ ਇਹ ਸ਼ੇਰ ਭੱਜ ਨਿਕਲਿਆ। ਇਹ ਸ਼ੇਰ ਭੱਜ ਕੇ ਇੱਕ ਕਿਸਾਨ ਬੰਸ਼ੀ ਲਾਲ ਬੈਗਾ ਦੇ ਘਰੇ ਵੜ ਗਿਆ। ਘਰੇ ਵੜ ਕੇ ਜਿਵੇਂ ਹੀ ਉਸਨੇ ਰੌਲਾ ਪਾਇਆ, ਕਿਸਾਨ ਦੇ ਵੱਲੋਂ ਜਦੋਂ ਰੌਲਾ ਪਾਇਆ ਜਾਂਦਾ ਹੈ ਅਤੇ ਲੋਕ ਇਕੱਠੇ ਹੋ ਜਾਂਦੇ ਨੇ, ਲੋਕ ਚੀਕ ਚਿਹਾੜਾ ਪਾਉਣ ਲੱਗ ਜਾਂਦੇ ਨੇ, ਸ਼ੋਰ ਮਚਣ ਲੱਗਦਾ ਹੈ, ਤਾਂ ਮੌਕੇ ਤੋਂ ਇਹ ਸ਼ੇਰ ਭੱਜ ਜਾਂਦਾ ਹੈ। ਤਾਂ ਪਿੰਡਾਂ ਦੇ ਵਿੱਚ ਵੜਿਆ ਹੈ, ਲੋਕਾਂ ਦੇ ਘਰਾਂ ਦੇ ਵਿੱਚ ਕੁੰਡੇ ਲੱਗ ਗਏ ਨੇ ਕਿਉਂਕਿ ਲੋਕ ਡਰੇ ਹੋਏ ਨੇ। ਹੁਣ ਤੱਕ ਇਸ ਨੂੰ ਰੈਸਕਿਊ ਨਹੀਂ ਕੀਤਾ ਗਿਆ, ਟੀਮਾਂ ਨੂੰ ਬੁਲਾ ਲਿਆ ਗਿਆ ਹੈ। ਵਨ ਵਿਭਾਗ ਦੀ ਜਿਹੜੀ ਟੀਮ ਹੈ ਉਹ ਵੀ ਮੌਕੇ 'ਤੇ ਪਹੁੰਚੀ ਹੈ। ਇਸ 'ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਹੁਣ ਤੱਕ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦਰਅਸਲ ਇਹ ਟਾਈਗਰ ਰਿਜ਼ਰਵ ਇੱਕ ਏਰੀਆ ਬਣਾਇਆ ਗਿਆ ਸੀ ਜਿਸ ਦੇ ਵਿੱਚ ਟਾਈਗਰਸ ਨੂੰ ਬੜੀ ਧਿਆਨ ਦੇ ਨਾਲ ਰੱਖਿਆ ਜਾਂਦਾ ਹੈ, ਉਹਨਾਂ ਦੀ ਸੁਰੱਖਿਆ ਵੀ ਦੇਖੀ ਜਾਂਦੀ ਹੈ। ਪਰ ਇਹਨਾਂ ਸ਼ੇਰਾਂ ਦੀ ਸੁਰੱਖਿਆ ਦੇ ਲਈ ਵੱਖ ਵੱਖ ਟੀਮਾਂ ਵੀ ਬਣਾਈਆਂ ਜਾਂਦੀਆਂ ਨੇ, ਉਹਨਾਂ ਨੂੰ ਸ਼ਿਕਾਰ ਵੀ ਪਾਇਆ ਜਾਂਦਾ ਹੈ। ਸ਼ਿਕਾਰ ਦੇ ਲਈ ਬੱਕਰੀਆਂ ਭੇਡਾਂ ਇਸ ਰਿਜ਼ਰਵ ਇਲਾਕੇ ਦੇ ਵਿੱਚ ਛੱਡੀਆਂ ਜਾਂਦੀਆਂ ਨੇ, ਪਰ ਕਈ ਵਾਰ ਹੁੰਦਾ ਹੈ ਕਿ ਟਾਈਗਰ ਰਿਜ਼ਰਵ ਇਲਾਕੇ ਦੇ ਵਿੱਚੋਂ ਸ਼ੇਰ ਭੱਜ ਕੇ ਨਾਲ ਦੇ ਪਿੰਡਾਂ 'ਚ ਵੜ ਜਾਂਦੇ ਨੇ। ਤਾਂ ਇਸੇ ਤਰੀਕੇ ਦੇ ਨਾਲ ਇੱਕ ਸ਼ੇਰ ਪਿੰਡ ਦੇ ਵਿੱਚ ਵੜ ਗਿਆ, ਜਿੱਥੇ ਕਿਸਾਨ ਬੰਸ਼ੀ ਲਾਲ ਬੈਗਾ ਦੇ ਘਰ ਦੇ ਵਿੱਚ ਵੜਨ ਤੋਂ ਬਾਅਦ ਸ਼ੋਰ ਮੱਚ ਜਾਂਦਾ ਹੈ, ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ। ਮੌਕੇ 'ਤੇ ਵਨ ਵਿਭਾਗ ਵਾਲੀ ਦੀ ਟੀਮਾਂ ਨੂੰ ਬੁਲਾ ਲਿਆ ਜਾਂਦਾ ਹੈ, ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਗਈ, ਸ਼ੇਰ ਭੱਜ ਜਾਂਦਾ ਹੈ ਮੌਕੇ ਤੋਂ। ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਇਹ ਮਹਾਰਾਸ਼ਟਰ ਦੇ ਬਾਂਧਵਗੜ੍ਹ ਟਾਈਗਰ ਰਿਜ਼ਰਵ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਬੜਵਾਰ ਪਿੰਡ ਦੇ ਵਿੱਚ ਇਹ ਸ਼ੇਰ ਵੜ ਗਿਆ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਪਾਈ ਜਾ ਰਹੀ ਹੈ। ਦਾਦਾ ਦਾਦਾ